ਜਿੱਥੇ ਦੇਸ਼ ਭਰ ਵਿੱਚ ਕੋਰੋਨਾ ਵਾਇਰਸ ਨੇ ਆਪਣੀ ਦਹਿਸ਼ਤ ਮਚਾ ਰੱਖੀ ਹੈ, ਉੱਥੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਤੋਂ ਇਲਾਵਾ ਵੱਖ ਵੱਖ ਅਦਾਰਿਆਂ ਵਿੱਚ ਛੁੱਟੀ ਕਰਨ ਦਾ ਵੀ ਐਲਾਨ ਕੀਤਾ ਗਿਆ ਹੈ। ਪਰ ਉੱਤੇ ਹੀ ਨਾਭਾ ਦੇ ਇੱਕ ਪ੍ਰਾਈਵੇਟ ਸਕੂਲ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਸਕੂਲਾਂ ਦੇ ਬੱਚਿਆਂ ਤੋਂ ਪੇਪਰ ਕਰਵਾਉਂਦੇ ਹੋਏ ਸਾਫ਼ ਦਿਖਾਈ ਦੇ ਰਹੇ ਹਨ। ਬੱਚੇ ਪੇਪਰ ਦੇਣ ਲਈ ਸਵੇਰ ਤੋਂ ਹੀ 7:30 ਵਜੇ ਬਿਨਾਂ ਵਰਦੀ ਤੋਂ ਸਕੂਲ ਪ੍ਰਸ਼ਾਸਨ ਵੱਲੋਂ ਸਕੂਲ ਬੁਲਾਏ ਗਏ ਸੀ। ਇਸ ਮੌਕੇ ਸਰਬਜੀਤ ਸਿੰਘ ਚੀਮਾ ਨੇ ਮੌਕੇ 'ਤੇ ਆ ਕੇ ਸਕੂਲ ਦੀ ਮੈਨੇਜਮੈਂਟ ਨੂੰ ਵਾਰਨਿੰਗ ਦਿੱਤੀ ਅਤੇ ਸਕੂਲ ਵਿੱਚ ਹੋ ਰਹੇ ਪੇਪਰਾਂ ਨੂੰ ਮੌਕੇ 'ਤੇ ਰੱਦ ਕਰਵਾ ਦਿੱਤਾ ਅਤੇ ਅਸੀਂ ਇਹਨਾਂ ਤੋਂ ਲਿਖਤੀ ਰੂਪ ਵਿੱਚ ਲੈ ਲਿਆ ਹੈ ਅਤੇ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਇਹਨਾਂ ਤੋਂ ਲਿਖਤੀ ਰੂਪ ਵਿੱਚ ਲੈ ਲਿਆ ਹੈ ਅਤੇ ਇਸ ਦੀ ਰਿਪੋਰਟ ਬਣਾ ਕੇ SDM ਨਾਭਾ ਨੂੰ ਭੇਜ ਦਿੱਤੀ ਜਾਵੇਗੀ। ਜਿਹੜਾ ਹੈ 31 ਤੱਕ ਜਿਹੜਾ ਇੰਸਟਰਕਸ਼ਨ ਦਿੱਤੀਆਂ ਹੋਈਆਂ ਨੇ, ਦੇ ਹੈਵ ਟੂ ਇੰਪਲੀਮੈਂਟ ਦੈਟ ਇੰਸਟਰਕਸ਼ਨ ਬਾਏ ਦਾ ਗਵਰਨਮੈਂਟ, ਪੰਜਾਬ ਗਵਰਨਮੈਂਟ, ਅਤੇ ਜਿਹੜਾ ਹੈਗਾ ਵੀ 31 ਤੱਕ ਬੰਦ ਰਹੂਗਾ ਅਤੇ ਕੋਈ ਵੀ ਇਗਜ਼ਾਮ ਜਿਹੜਾ ਹੈਗਾ ਨਹੀਂ ਵਗੈਰਾ ਨਹੀਂ। ਅਕੋਰਡਿੰਗ ਟੂ ਰੂਲ ਲੈ ਸਕਦੇ ਸੀ? ਨਹੀਂ ਲੈ ਸਕਦੇ ਸੀ, ਪਰ ਜਿਹੜਾ ਹੁਣ SDM ਸਾਹਿਬ ਨੂੰ ਮੈਂ ਨੋਟਿਸ ਕਰਾਤਾ ਹੈ ਅਤੇ SDM ਸਾਹਿਬ ਵੱਲੋਂ ਵੀ ਦੇ ਹੈਵ ਗਿਵਨ ਏ ਵਾਰਨਿੰਗ। ਸਾਡੇ ਕੋਲ ਸ਼ੋਰਟਸ ਹੈਗੇ ਨੇ ਜਿਸ ਦੇ ਵਿੱਚ ਬੱਚੇ ਪੇਪਰ ਲੈ ਰਹੇ ਨੇ, ਸਾਡੇ ਕੋਲ ਇੰਟਰਵਿਊ ਉਹਦਾ ਜਿਹੜਾ ਹੈਗਾ ਜੋ ਬਿਕੋਜ਼ ਮੈਂ ਮੌਕੇ ਤੱਕ ਚੈੱਕ ਕਰ ਲਿਆ, SDM ਸਾਹਿਬ ਨੂੰ ਨੋਟ ਕਰ ਰਿਪੋਰਟ ਦੇ ਦਾਂਗੇ ਜੋ ਫਰਦਰ ਕਾਰਵਾਈ ਉਹ ਕਰ ਲਿਓ। ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਪੜ੍ਹੀ ਲਿਖੀ ਜਮਾਤ ਹੀ ਜੇਕਰ ਕਾਨੂੰਨ ਦੀਆਂ ਧੱਜੀਆਂ ਉਡਾਵੇਗੀ ਤਾਂ ਆਮ ਲੋਕਾਂ ਦਾ ਕੀ ਹੋਵੇਗਾ। ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਪ੍ਰਾਈਵੇਟ ਸਕੂਲਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਅੱਗੇ ਤੋਂ ਸਕੂਲਾਂ ਦੇ ਬੱਚਿਆਂ ਨੂੰ ਸਕੂਲ ਵਿੱਚ ਨਾ ਬੁਲਾ ਸਕਣ। ਨਾਭਾ ਤੋਂ ਸੁਖਚੈਨ ਸਿੰਘ, ਜੀਵੇ ਪੰਜਾਬ TV।